ਓਏ ਕੌਡੂ, ਹਾਂਜੀ ਸਾਹਿਬ ਜੀ, ਓਏ ਜਾ ਜਾ ਕੇ ਆਪਣੇ ਮੂੰਹ ਨਾਲ ਬਰਤਨ ਧੋ ਤੇ ਛੇਤੀ ਨਾਲ ਬਰਤਨ ਲੈ ਕੇ ਆ, ਗਾਹਕੀ ਦਾ ਟਾਈਮ ਹੋ ਗਿਆ। ਸਾਜੀ ਬੇਫਿਕਰ ਹੋ ਜਾਓ, ਮੈਂ ਦੁਆ ਕਰ ਹੋਟਲ ਨੂੰ ਅੱਲਾ ਜ਼ਿਆਦਾ ਚਲਾਵੇ ਤੇ ਤੇਰੀ ਤਨਖਾਹ ਵੀ ਵਧਾਵਾਂਗੇ। ਆਪਾਂ ਇਹਦਾ ਨਾ ਹੋਟਲ ਬੰਦ ਕਰਾਉਂਦੇ ਆ, ਇਹਨੂੰ ਤਨਖਾਹ ਦਾ ਦਿੰਦੇ ਆ ਲਾਲਚ, ਬਾਬਾ ਰੁਪਈਆ ਦਾ ਹੋਟਲ ਬੰਦ ਕਰਾਉਂਦੇ ਆ। ਜਦੋਂ ਇਹਦਾ ਹੋਟਲ ਬੰਦ ਹੋ ਜਾਏਗਾ ਨਾ, ਤਾਂ ਬਹੁਤ ਕੋਈ ਫਰਕ ਆ। ਓਏ ਅੰਨੀ ਚੰਗੇਰ ਤੇ ਆ ਪੁੱਤਰਾ, ਹਾਂਜੀ ਸਾਹਿਬ ਜੀ, ਓਏ ਦਾਲ ਨੂੰ ਸਹੀ ਤੜਕਾ ਲਾ, ਉਹ ਦਾਲ ਹੀ ਤਾਂ ਇਥੋਂ ਦੀ ਮਸ਼ਹੂਰ ਹੈ। ਬੇਸ਼ੱਕ ਹੋ ਜਾਓ, ਆਓ ਬismillah ਜੀ। ਵਾਲੇਕੁਮ ਸਲਾਮ, ਦੇਖੋ ਕਿੱਥੋਂ ਕਿੱਥੋਂ ਗਾਹਕ ਆਉਣ ਦਾ ਨੇ। ਵਾਹ ਜੀ ਵਾਹ, ਸਲਾਮ ਅਲੈਕੁਮ ਜੀ। ਕੀ ਹਾਲ ਹੈ ਕੋਡਿਆ? ਯਾ ਠੀਕ ਠਾਕ, ਸ਼ੁਕਰ ਅੱਲਾ ਦਾ। ਸੋ ਜੀ ਹਜ਼ੂਰ, ਕੀ ਖਾਓ ਪੀਓਗੇ? ਕੁਝ ਵੀ ਨਹੀਂ, ਤੁਸੀਂ ਸੁਣਾਓ, ਸਿਹਤ ਤਬੀਅਤ ਤੁਹਾਡੀ ਠੀਕ? ਮੈਂ ਨਾ ਜੀ ਬੜਾ ਅੱਲਾ ਦਾ ਸ਼ੁਕਰ ਹੈ, ਇਹੋ ਜੀ ਅੰਗੜਾਈ ਲੈਣਾ ਕਿ ਕਦੀ ਮੁਸਰਤ ਸ਼ਹੀਨ ਐਸਾ ਨਾ ਕਰਕੇ ਲੈਂਦੀ ਸੀ ਜੀ। ਹੁਕਮ ਹੋਰ? ਬਸ ਹੁਣ ਜੀ ਦਿਲ ਕੀਤਾ ਸੀ ਮੈਂ ਕਿਹਾ ਬਜ਼ੁਰਗਾਂ ਨੂੰ। ਬੜੀ ਮਿਹਰਬਾਨੀ, ਦੁੱਧ ਪੱਤੀ ਦੀ ਚਾਹ ਬਣਾਈਏ? ਢਾਲ ਬੜੀ ਮਿਹਰਬਾਨੀ, ਮੈਨੂੰ ਇਹ ਦੱਸੋ ਬਈ ਇਹ ਹੋਟਲ ਆਪਣਾ? ਹਾਂ ਜੀ, ਮੇਰਾ ਜ਼ਾਤੀ ਹੈ, ਸ਼ੁਕਰ ਅਲਹਮਦੁਲਿਲਾ। ਸ਼ੁਕਰ ਸ਼ੁਕਰ। ਇਹ ਦੱਸੋ ਕਿ ਕੰਮ ਸ਼ੰਮ ਕਿਵੇਂ ਚੱਲ ਰਿਹਾ ਜੀ? ਸ਼ੁਕਰ ਅਲਹਮਦੁਲਿਲਾ। ਦੇਖੋ ਜੀ, ਮੈਂ ਮੇਰੀ ਦਾਲ ਬੜੀ ਦੂਰ ਦੂਰ ਤੱਕ ਮਸ਼ਹੂਰ ਹੈ, ਇੰਜ ਲੋਕੀ ਪੈਂਦੇ ਨੇ, ਇੰਜ ਫੈਮਲੀਆਂ ਆਉਂਦੀਆਂ ਨੇ, ਬੜਾ ਅੱਲਾ ਦਾ ਸ਼ੁਕਰ ਹੈ, ਬੜਾ ਕਰਮ ਹੈ ਅੱਲਾ ਦਾ। ਅੱਛਾ, ਕੰਮ ਸ਼ਾਮ ਤੁਹਾਡਾ ਸਹੀ ਚੱਲ ਰਿਹਾ? ਹਾਂਜੀ ਸ਼ੁਕਰ ਅਲਹਮਦੁਲਿਲਾ। ਤੇ ਹਾਂਡੀ ਰੋਟੀ ਆਪ ਹੀ ਪਕਾਉਂਦੇ ਹੋ? ਮੈਂ ਜੀ ਹਾਂਡੀ ਰੋਟੀ ਬਸਾਤੇ ਖੁਦ ਕਰਨਾ, ਇਹ ਆਪਣੇ ਮੂੰਹ ਨਾਲ ਭਾਂਡੇ ਮਾਂਜਦਾ, ਇਹ ਸ਼ੁਕਰ ਅਲਹਮਦੁਲਿਲਾ, ਇਥੋਂ ਦਾ ਅਮਲਾ ਬੜਾ ਸੋਹਣਾ ਹੈ। ਅੱਛਾ, ਇਹ ਦੱਸੋ ਕਿੰਨੇ ਰੁਪਈਏ ਕਮਾ ਲੈਂਦੇ ਹੋ ਮਹੀਨੇ ਦੇ? ਮੈਂ ਕਿਹਾ ਤੁਸੀਂ ਟੈਕਸ ਵਾਲੇ ਤੇ ਨਹੀਂ? ਨਹੀਂ 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 ਨਹੀਂ, ਅਸੀਂ ਭਾਈ ਆ ਤੁਹਾਡੇ। ਚਲੋ ਜੀ, ਬੜੀ ਮਿਹਰਬਾਨੀ। ਗੱਲ ਇਹ ਕਿ ਖਰਚੇ ਤੇ ਤੁਹਾਨੂੰ ਪਤਾ ਬੜੇ ਨੇ, ਇਹ ਖਰਚੇ ਖੁਰਚੇ ਕੱਢ ਕੇ ਇਹ ਪਿਛਲੇ ਮਹੀਨੇ 16,500 ਰੁਪਏ ਬਚਿਆ। ਬਸ ਬਸ, ਇਹ ਤੇ ਫਿਰ ਬਾਬਾ ਜੀ ਤੁਸੀਂ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੇ ਕਰ, ਜੇ 15-16,000 ਰੁਪਏ ਕਮਾਣਾ, ਇਹ ਤਾਂ ਕੋਈ ਕਮਾਈ ਤੇ ਨਹੀਂ ਨਾ ਹੈਗੀ। ਦੇਖੋ ਜੀ, ਅੱਲਾ ਰਾਜ਼ਾ ਕਿ ਇਹ 15-16,000 ਰੁਪਏ ਜੀ ਅੱਲਾ ਬਰਕਤ ਪਾ ਦਿੰਦਾ, ਕੀ ਕਰੀਏ ਫਿਰ, ਇਹਨੇ ਜ਼ਿਆਦਾ ਪੈਸੇ ਕਿੱਥੋਂ ਲਈਏ, ਕੌਣ ਸਾਨੂੰ ਦੇਣ ਵਾਲਾ? ਜੀ ਸਾਹਿਬ ਦਾ ਕਹਿਣ ਦਾ ਮਤਲਬ ਇਹ ਵੇ ਕਿ ਤੁਸੀਂ ਇਹ ਦਿਹਾੜੀਆਂ ਮਜ਼ਦੂਰਾਂ ਦੀਆਂ ਵਿੱਚੋਂ ਕੱਢ ਲੈਂਦੇ ਹੋ, ਇਹ ਖਰਚੇ ਬਿਲ ਕਿਸ ਤਰ੍ਹਾਂ ਤੁਸੀਂ ਦਿੰਦੇ ਹੋ? ਸ਼ੁਕਰ ਅਲਹਮਦੁਲਿਲਾ, ਉੱਤੇ ਬੈਠਾ ਹੈ। ਮੈਨੂੰ ਇਹ ਦੱਸੋ ਬਈ, ਮੇਰੇ ਹੋਟਲ ਨੇ ਬੜੇ ਵੱਡੇ ਵੱਡੇ ਇਸ ਸ਼ਹਿਰ ਵਿੱਚ। ਅੱਛਾ, ਹਾਂ, ਤੇ ਤੁਹਾਡਾ ਵੀ ਹੋਟਲ ਹੈ ਜੀ, ਇਹ 15-20,000 ਰੁਪਈਆ ਕਮਾ ਰਹੇ ਹੋ, ਤੇ ਤੁਸੀਂ ਮੇਰੇ ਕੋਲ ਆ ਜਾਓ, ਜੇ ਸਾਲਨ ਰੋਟੀ ਚਾਹ ਬਣਾ ਲੈਂਦੇ ਹੋ ਤੇ ਮੇਰੇ ਹੋਟਲ ਤੇ ਆ ਜਾਓ, ਨੌਕਰੀ ਕਰ ਲਓ। ਸਰਕਾਰ ਗੱਲ ਹੈ, ਇੱਥੇ ਆਪਣੀ ਇਹ ਥੋੜੀ ਵੀ ਜਿਹੜੀ ਹੈ ਨਾ, ਉਹ ਵੀ ਬਹੁਤੀ ਲੱਗਦੀ ਹੈ ਮੈਨੂੰ। ਇਹ 15-20 ਜੀ ਬੜੇ ਪੈਸੇ ਦੇਵਾਂਗਾ, 50,000 ਰੁਪਈਆ ਤਨਖਾਹ ਦੇਵਾਂਗਾ, 50,000। ਮੈਨੂੰ ਸੋਚ ਲੈਣ ਦਿਓ ਖਲੋਤੇ ਨੇ। ਸਰਕਾਰ ਮੈਨੂੰ ਮਨਜ਼ੂਰ 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 ਸੁਬਾ, ਫਿਰ ਤੁਸੀਂ ਆ ਵਲੈਂਸ਼ੀਆ ਵਾਲੇ ਗੋਲ ਚੱਕਰ ਤੇ ਆ ਜਾਓ,
ਅੱਛਾ ਜੀ ਉੱਥੇ ਆਪਣਾ ਬੜਾ ਵੱਡਾ ਹੋਟਲ ਹੈ ਅੱਛਾ ਜੀ ਫੂਡ ਕਾਟੇਜ ਦੇ ਨਾਂ ਤੇ ਪ੍ਰੋਟੋਕੋਲ ਦੇਵਾਂਗੇ ਬੰਦ ਕਰੋ ਤੇ ਉੱਥੇ ਆ ਜਾਓ ਸਰਕਾਰ ਹੈ ਜਿਹੜਾ ਸਾਲਣ ਸੂਲਣ ਚਲੋ ਰਾਤ ਤੱਕ ਤੇ ਪੈਸੇ ਵੀ ਵੇਖ ਜਾਣਾ ਕੋਈ ਅਸੀਂ ਗੱਲ ਕੋਈ ਗੱਲ ਸਵੇਰੇ ਸਵੇਰੇ ਆ ਜਾਓ ਲਓ ਜੀ ਮੇਰੇ ਕੋਲ ਤੁਸੀਂ 10 ਵਜੇ ਪਹੁੰਚ ਜਾਓ ਹੋਟਲ ਤੇ ਮੇਰੇ ਤੇ ਫੂਡ ਕਾਟੇਜ ਹੈ ਫੂਡ ਕਾਟੇਜ ਬਾਜੀ ਮੈਂ ਵੀ ਆਣਾ ਜ਼ਹਿਰ ਨਿਆਜ਼ੀ ਫੂਡ ਕੱਟ ਕੇ ਫੂਡ ਕਾਟੇਜ ਜ਼ਹਿਰ ਨਿਆਜ਼ੀ ਨਾਮ ਹੈ ਮੇਰਾ ਜ਼ਹਿਰ ਨਿਆਜ਼ੀ ਕਿਸੇ ਨੂੰ ਪੁੱਛੋਗੇ ਨਿਆਜ਼ੀਆਂ ਦੇ ਹੋਟਲ ਕਿੱਥੇ ਨੇ ਓਕੇ ਜਨਾਬ ਤੇ ਤੁਸੀਂ ਆ ਜਾਓ ਲਓ ਜੀ ਠੀਕ ਹੈ ਅਮੀਰ ਹੋ ਜਾਂਗੇ ਅਸੀਂ ਅਮੀਰ ਹੋ ਜਾਂਗੇ ਅਸੀਂ ਅਮੀਰ ਹੋ ਜਾਂਗੇ ਮੰਨ ਗਿਆ ਤੁਸੀਂ ਕਮਾਲ ਪਾਏ ਵੇਖ ਲੈ ਆਪਾਂ ਕਰੀ ਦਾ ਰਹਿਣਾ ਬਾਬੇ ਦਾ ਕਰਾ ਦੇਣਾ ਬੰਦ ਲੈ ਜਾਣਾ ਆਪਣੇ ਹੋਟਲ ਉਧਰ ਦੇਖੋ ਬਾਬਾ ਹੋਟਲ ਵਾਲਾ ਆ ਗਿਆ ਜੇ ਆ ਗਿਆ ਬਾਬਾ ਵਾਲੇਕੁਮ ਸਲਾਮ ਠੀਕ ਠਾਕ ਹਾਂਜੀ ਤੁਸੀਂ ਪੱਕੇ ਹੋ ਤੁਸੀਂ ਜਨਾਬ ਯਾਰ ਕੀ ਕਰੀਏ ਅੱਛਾ ਮੈਨੂੰ ਇਹ ਦੱਸੋ ਹੋਟਲ ਆਪਣਾ ਬੰਦ ਕਰ ਰਹੇ ਹੋ ਆਪਣੇ ਹੱਥੀ ਬੰਦ ਕਰਵਾ ਕੇ ਆਏ ਜੀ ਅੱਛਾ ਸਿਰਫ ਦਾਲ ਹੈ ਉਹ ਹੋਰ ਅੱਧੇ ਘੰਟੇ ਬਾਅਦ ਬੁਸ ਜਾਣੀ ਹੈ ਤੇ ਕਰੇਲੇ ਗੋਸ਼ਤ ਦੇਖੋ ਕੌਣ ਕੌਣ ਖਾਂਦਾ ਤੇ ਕੌਣ ਨਹੀਂ ਖਾਂਦਾ ਆਪਣੀਆਂ ਪਤੀਲੀਆਂ ਪਤੂਲੀਆਂ ਵੇਚ ਆਉਣੀਆਂ ਸੀ ਵੇ ਚਾਰ ਪਤੀਲੀਆਂ ਤੇ ਉਸੇ ਲਈ ਵਿਕ ਗਈਆਂ ਦੋ ਪਤੀਲੀਆਂ ਬੇਵਾ ਨੇ ਉਹ ਰੋਣ ਰਹੀਆਂ ਨੇ ਦੇਖੋ ਕੋਈ ਬੰਦਾ ਆਉਂਦਾ ਤੇ ਆਪੇ ਨਿਕਾਹ ਕਰਕੇ ਲੈ ਜਾਏਗਾ ਇਹ ਕਿਹੜੀ ਗੱਲ ਕਰਦੇ ਹੋ ਮੈਂ ਕਹਿ ਰਿਹਾ ਪਤੀਲੀਆਂ ਪਤੂਲੀਆਂ ਵੇਚ ਆਉਣੀਆਂ ਸੀ ਕੁਝ ਵੇਚ ਆਇਆ ਗਰਮ ਮਸਾਲਾ ਵੀ ਵੇਚ ਦਿੱਤਾ ਮਿਰਚਾਂ ਵੀ ਵੇਚ ਦਿੱਤੀਆਂ ਨੇ ਉਹ ਦੋ ਤਿੰਨ ਮੰਜੀਆਂ ਪਈਆਂ ਸਨ ਉਹ ਵੀ ਵੇਚ ਦਿੱਤੀਆਂ ਨੇ ਮੈਂ ਤੇ ਇਹਨੂੰ ਵੀ ਵੇਚਣ ਲੱਗਾ ਸਾਂ ਲੇਕਿਨ ਇਹ ਪਾਗਲ ਦਾ ਪੁੱਤਰ ਬਚ ਗਿਆ ਭਈਆ ਉਹ 50,000 ਰੁਪਈਆ ਉਹ 50,000 ਰੁਪਈਆ ਉਹ 50,000 ਰੁਪਈਆ ਨਿਆਜ਼ੀ ਸਾਹਿਬ ਕੀ ਬਾਤ ਹੈ ਮੈਨੇਜਰ ਤੁਹਾਨੂੰ ਮੰਨ ਗਿਆ ਨਿਆਜ਼ੀ ਸਾਹਿਬ ਮੈਨੇਜਰ ਜੀ ਸਰ ਇੰਜ ਕਰ ਜੀ ਐ ਨਿੱਕੇ ਨੂੰ ਲਾ ਦੇ ਸਫਾਈ ਤੇ ਜੀ ਤੇ ਆ ਬਾਬੇ ਨੂੰ ਬਰਤਨ ਧੋਣ ਤੇ ਲਾ ਦੇ ਪਿੱਛੇ ਜਾ ਚਲੋ ਆ ਬਾਬਾ ਜੀ ਆ ਪਲੇਟਾਂ ਤੁਸੀਂ ਧੋਣੀਆਂ ਨੇ ਚਲ ਵੀ ਇਧਰ ਆ ਸਫਾਈ ਕਰ ਯਾਰ ਮੈਂ ਤੇ ਹਾਂਡੀਆਂ ਪਕਾਉਣ ਵਾਲਾ ਤੂੰ ਮੇਰੇ ਕੋ ਪਲੇਟਾਂ ਧੋ ਉਹ ਸਰਕਾਰ ਇੱਧਰ ਪਿਓ ਤੁਹਾਨੂੰ ਠਹਿਰ ਜਾ ਇੱਕ ਮਿੰਟ ਇੱਧਰ ਮੇਰੇ ਨਾਲ ਗੱਲ ਕਰੋ ਹਾਂ ਨਿਆਜ਼ੀ ਸਾਹਿਬ ਤੁਸੀਂ ਤਾਂ ਮੈਨੂੰ ਕਿਹਾ ਸੀ ਕਿ ਤੁਸੀਂ ਇੰਜ ਕਰੋ ਨਾ ਹਾਂ ਹਾਲੇ ਸਾਡੇ ਕੋਲ ਦੇਖ ਰਹੇ ਹੋ ਕਾਰੀਗਰ ਕਾਫੀ ਖੜੇ ਨੇ ਹਾਂਜੀ ਤੁਸੀਂ ਇੱਕ ਅੱਧਾ ਦਿਨ ਪਲੇਟਾਂ ਧੋਵੋ ਨਾ ਇੱਕ ਅੱਧਾ ਦਿਨ ਕਰੇ ਫਿਰ ਇਹ ਕਾਰੀਗਰ ਨੇ ਜਾਣਾ ਛੁੱਟੀ ਤੇ ਹਾਂਜੀ ਇਹ ਕਾਰੀਗਰ ਛੁੱਟੀ ਤੇ ਜਾਂਦਾ ਹੈ ਤੇ ਫਿਰ ਤੁਹਾਨੂੰ ਅਸੀਂ ਹਾਂਡੀਆਂ ਤੇ ਲਾ ਦੇਵਾਂਗੇ ਇਹ ਪਿਜ਼ੇ ਪੁਜ਼ੇ ਬਰਗਰ ਹਾਂਡੀਆਂ ਸਾਡਾ ਆਪਣਾ ਬਾਰਬੀਕਿਊ ਦਾ ਵੀ ਬੜਾ ਅੱਛਾ ਕੰਮ ਹੈ ਤੇ ਤੁਹਾਨੂੰ ਫਿਰ ਉਹਦੇ ਤੇ ਲਾ ਦੇਵਾਂਗੇ ਯਾ ਅਰਫਾਨ ਜੀ ਜੀ ਇਹਨਾਂ ਨੂੰ ਲੈ ਜਾ ਇਹ ਬਾਬਾ ਜੀ ਨੂੰ ਬਰਤਨਾਂ ਤੇ ਬਿਠਾ ਦੇ ਤੇ ਚੱਲ ਇਹ ਇਹਨੂੰ ਸਫਾਈ ਤੇ ਲਾ ਦੇ
ਸੋਚਾ ਥਾ ਕਿਆ ਹੋ ਗਿਆ, ਸੋਚਾ ਥਾ ਕਿਆ 50,000 ਰੁਪਇਆ ਤੇ 13,000 ਰਹਿ ਗਿਆ, ਸੋਚਾ ਥਾ ਕਿਆ ਪੁੱਤਰ ਪਾਸੇ ਮਾਂ ਤੇਰਾ ਤੇ ਚੰਗਣਾ ਵੀ ਹਾਂ ਕੰਮ ਵੈਸੇ ਚੱਲ ਵੀ ਚੱਲ ਮਾਰ ਜਲਦੀ ਕਰ ਜਲਦੀ ਕਰ ਟਾਕੀ ਮਾਰ ਐਂਜ ਸਹੀ ਕਹਿ ਰਹੇ ਤੁਸੀਂ ਰਾਜ ਸਾਹਿਬ, ਤੇ ਮਿਹਨਤ ਲੱਗੇ ਹੋਏ ਆ, ਅੱਲਾ ਕਰੇਗਾ ਕੰਮ ਸ਼ਮ ਚੱਲ ਜਾਏਗਾ। ਤੇ ਦੇਖੋ ਹੁਣ ਤਨਖਾਹਾਂ ਦੇ ਦਿੱਤੀਆਂ ਲੋਕਾਂ, ਤਨਖਾਹਾਂ ਦੇ ਦਿੱਤੀਆਂ ਬਾਕੀਆਂ ਲੋਕਾਂ, ਤਨਖਾਹਾਂ ਦੇਣੀਆਂ ਸਿਰਫ ਤੈਨੂੰ ਦਿੱਤੀ ਤਨਖਾਹ, ਬਾਕੀ ਤੇ ਕਿਸੇ ਨੂੰ ਤੁਹਾਡੇ ਤੋਂ ਮੁਹੱਬਤ ਦੇਣਾ ਯਾਰ, ਹਾਂਜੀ ਬਾਕੀ ਕਿਸੇ ਨੂੰ ਵੀ ਦਿੱਤੀ ਹਾਲੇ 4,00,000 ਰੁਪਇਆ ਦੇਣਾ ਹੈ। ਅੱਛਾ 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 ਅੱਛਾ, ਜਿਹੜੇ ਉਹ ਬੰਦੇ ਅਸੀਂ ਲੈ ਕੇ ਆਏ ਸਾਂ ਨਾ ਦੋਵੇਂ, ਮਿਹਨਤ ਨਾਲ ਕੰਮ ਬੜਾ ਕਰ ਰਹੇ ਜੀ। ਅੱਛਾ ਉਹਨਾਂ ਕੋਲੋਂ ਕੰਮ ਕਰਾਈ ਜਾ ਪੂਰਾ ਮਹੀਨਾ ਹੋ ਗਿਆ, ਇੱਕ ਦਿਨ ਉੱਥੇ ਹੋ ਗਿਆ, ਡੇਢ ਘੰਟਾ ਵੀ ਉੱਥੇ ਹੋ ਗਿਆ, ਮੇਰੀ ਤਨਖਾਹ ਮੈਂ ਸਫਾਈਆਂ ਸਫਾਈਆਂ ਕਰਕੇ ਕੱਸ ਗਿਆ, ਤੁਸੀਂ ਮੈਨੂੰ ਤਨਖਾਹ ਦੇ ਦਿੰਦੇ। ਓਏ ਖਾਮੋਸ਼ ਚੁੱਪ ਕਰਕੇ ਬੈ, ਅਸੀਂ ਤਾਂ ਆਪ ਨੁਕਸਾਨ ਵਿੱਚ ਜਾ ਰਹੇ ਹਾਂ, ਨਵਾਂ ਨਵਾਂ ਹੋਟਲ ਬਣਾਇਆ, ਅਸੀਂ ਆਪ ਨੁਕਸਾਨ ਵਿੱਚ ਜਾ ਰਹੇ ਹਾਂ। ਜਦੋਂ ਦੇ ਤੁਸੀਂ ਦੋਵੇਂ ਆਏ ਹੋ ਨਾ ਉੱਥੇ ਬੜਾ ਤੂੰ ਕਰਦਾ ਸੀ ਵਿਚਕ ਵਿਚਕ ਵਿਚਕ, ਜਦੋਂ ਦੇ ਤੁਸੀਂ ਆਏ ਸਾਡਾ ਨੁਕਸਾਨ ਹੋ ਗਿਆ। ਚੁੱਪ ਕਰੋ ਕੰਨਾਂ ਵਾਲੇ ਤਪੇ, ਤੂੰ ਸਭ ਤੋਂ ਹੋਰ ਜ਼ਿਆਦਾ ਤੂੰ ਲਾਇਸ ਆ। ਮੈਨੂੰ ਗੱਲ ਸੁਣੋ, ਕਿੰਨੀ ਤਨਖਾਹ ਲੈਣੀ ਤੁਹਾਨੂੰ? 50,000। 50,000? ਹਾਂਜੀ 50,000। ਤੁਸੀਂ ਕੋ 50,000 ਵਾਲਾ ਕੰਮ ਕੀਤਾ ਹੈ? ਪਤੀਲੀਆਂ ਮਾਰ ਮਾਰ ਕੇ ਉਹਨਾਂ ਚ ਮੋਰੀਆਂ ਕਰ ਦਿੱਤੀਆਂ, ਇਸ ਹੋਰ ਹੋਟਲਾਂ ਦੇ ਕੋ 50,000 ਰੁਪਇਆ ਦਿੰਦਾ ਹੈ? ਤੇ ਤੁਸੀਂ ਤਾਂ ਮੇਰੇ ਨਾਲ ਸੌਦਾ ਕਰਕੇ ਆ ਜੇ ਕਿ 50,000 ਤੈਨੂੰ ਤਨਖਾਹ ਦੇਵਾਂਗਾ। ਬਾਬਾ ਜੀ ਕੰਮ ਤੁਸੀਂ 5,000 ਵਾਲਾ ਕੀਤਾ, ਮੈਂ ਤੁਹਾਨੂੰ ਕਹਿੰਦਾ ਤੂੰ 50,000 ਰੁਪਇਆ ਦੇਣਾ, 5,000-6,000 ਤੇ 10,000 ਤੇ ਬੰਦਾ ਲੱਭ ਜਾਂਦਾ ਬਰਤਨ ਧੋਣ ਵਾਲਾ, ਘੰਟੇ ਦਾ ਵੀ ਕੰਮ ਨਹੀਂ ਹੁੰਦਾ, ਤੁਸੀਂ 50,000 ਵਾਲਾ ਤੂੰ ਟਾਕੀ ਮਾਰ ਲਿਆ ਟੇਬਲਾਂ ਤੋਂ? ਹਾਂਜੀ 50,000 ਰੁਪਇਆ ਤਨਖਾਹ ਤੇਰੀ। ਸਾਹ ਜੀ ਤੁਸੀਂ ਮੁਕਾ ਕੇ ਆਇਆ ਤੂੰ ਕੀ ਕਰਨ ਯਾਰ ਸਾਹਿਬ, ਅਸੀਂ ਤੇ ਸੋਹਣੀ ਚਾਹ ਬਣਾਉਂਦੇ ਸਾਂ, ਤੁਸੀਂ ਇੱਥੇ ਲਾਇਆ ਸਾਂ? ਨਿਆ ਜੀ ਸਾਹਿਬ 10 ਨਾਨ ਖਾਂਦਾ ਜੇ ਆ 10 ਨਾਨ, ਯਕੀਨ ਕਰੋ ਇਹਨਾਂ ਨੂੰ ਤਨਖਾਹ ਦੇਣ ਵਾਲੀ ਨਹੀਂ ਹੈਗੀ। ਹਾਂਜੀ ਨਿਆ ਜੀ ਸਾਹਿਬ ਅੱਲਾ ਕਰੇ 5,000 ਰੁਪਇਆ ਤੂੰ ਫੜ। ਹਾਂਜੀ ਸਾਹਿਬ ਜੀ ਆ 5,000 ਤੁਸੀਂ ਫੜੋ। ਹਲੋ ਫੜ ਲਓ, ਫੜੋ ਮੈਂ ਵੀ ਕੋਈ ਦੇਣਾ, ਇਹਨੂੰ ਵੇਖਣਾ ਕਿ ਜੇਬ ਚ ਪਾਉਣਾ, ਜੇਬ ਵਿੱਚ ਪਾਉਣਾ, ਬਸ ਇੰਨੀ ਤੁਹਾਡੀ ਨਿਆ ਜੀ ਸਾਹਿਬ। ਅਗਲੇ ਮਹੀਨੇ ਵੇਖਾਂਗੇ, ਨਿੱਕੇ ਨਿੱਕੇ ਬੱਚੇ ਨੇ ਸਾਡੇ, ਬੱਚੇ ਨਿੱਕੇ ਨਿੱਕੇ ਹੀ ਹੁੰਦੇ ਨੇ ਸਾਰਿਆਂ ਦੇ। ਓਏ ਨਿਆ ਜੀ ਸਾਹਿਬ ਅੱਲਾ ਤੁਹਾਡੇ ਸਲੂਕੇ ਨੂੰ ਟਿੱਡੀਆਂ ਟੁੱਕਣ, ਇਹਨਾਂ ਨੂੰ ਬਾੜੀਆਂ ਬਾੜ ਕਰ ਦੇਣਾ। ਓਏ ਬਾਦੂਆਂ ਦੇ ਰਹੇ ਹੋ ਸਾਨੂੰ?
ਸਾਡੇ ਨਾਲ ਕੀ ਹੋਇਆ ਨਿਆਲੀ ਸਾਹਿਬ? ਅੱਲਾ ਕਰੇ ਰੋਜ਼ ਬਾਰਿਸ਼ ਹੋਵੇ, ਰੋਜ਼ ਬਾਰਿਸ਼ ਹੋਵੇ, ਤੁਹਾਡੇ ਹੋਟਲ ਦੇ ਕੁੱਤੇ ਬਿੱਲੇ ਹੀ ਆਉਣ, ਨਾ ਕੋਈ ਨਾ ਆਵੇ, ਉਹ ਸਾਨੂੰ ਬਰਬਾਦ ਕਰਨ ਵਾਲੇ ਹੋ, ਅੱਲਾ ਸਾਨੂੰ ਬਰਬਾਦ ਕਰੇ, ਅੱਲਾ ਵੇਖਣ ਡਿਆ ਉਹ ਸਾਡੇ ਨਾਲ ਜ਼ਿਆਦਤੀ ਕਰਨ ਵਾਲੇ ਹੋ। ਸਾਡਾ ਕੁਛ ਨਹੀਂ ਰਿਹਾ ਤੇ ਉਹਨਾਂ ਦਾ ਕੁਛ ਨਹੀਂ ਰਹੇਗਾ। ਨਾ ਇਹ ਬਦਵਾ ਨਾ ਦੇ ਹੋਏ ਭਾਈ, ਅੱਲਾ ਸਾਡੇ ਨਾਲ ਜ਼ਿਆਦਤੀ ਕੀਤੀ ਜੇ ਉਹਨਾਂ ਨੂੰ ਅੱਲਾ ਆਪੇ ਪੁੱਛੇਗਾ, ਅੱਲਾ ਉਹਨਾਂ ਨੂੰ ਹਦਾਇਤ ਦੇਵੇ। ਓਏ ਮੇਰੀ ਦਾਲ ਪੂਰੇ ਲਾਹੌਰ ਚ ਮਸ਼ਹੂਰ ਸੀ, ਹੁਣ ਤੇ ਮੇਰੀ ਦਾਲ ਵੀ ਵਗ ਗਈ ਸਾਰੀ। ਕੌਣ ਹੈ ਸਾਜੀ? ਤੁਸੀਂ ਪਰੇਸ਼ਾਨ ਨਾ ਹੋਵੋ, ਅਸੀਂ ਤੁਹਾਡੇ ਕੋਲ ਮਾਫ਼ੀ ਮੰਗਣ ਆਏ ਹਾਂ। ਅੱਲਾ ਪਾਕ ਤੁਹਾਡਾ ਰਿਜ਼ਕ ਰੋਟੀ ਚਲਾਵੇ। ਤੁਸੀਂ ਜਦੋਂ ਦੇ ਹੋਟਲ ਤੇ ਸਾਡੇ ਕੋਲ ਆਏ ਹੋ, ਉਸ ਤੋਂ ਪਹਿਲੇ ਵੀ ਅਸੀਂ ਕੰਮ ਕਾਰੋਬਾਰ 'ਚ ਮਾੜੇ ਚੱਲ ਰਹੇ ਸਾਂ, ਸਾਡੇ ਕੋਲ ਗਲਤੀ ਹੋ ਗਈ, ਅਸੀਂ ਤੁਹਾਡਾ ਬੰਦ ਕਰਵਾਇਆ। ਆਹ ਵੇਖੋ, ਅਸੀਂ ਤੁਹਾਨੂੰ ਆਪਣੀ ਤਨਖਾਹ ਵੀ ਦਿੰਦੇ ਹਾਂ ਅਤੇ ਤੁਹਾਡੇ ਕੋਲੋਂ ਮਾਫ਼ੀ ਵੀ ਮੰਗਦੇ ਹਾਂ। ਆਹ ਫੜੋ ਤੁਹਾਡਾ 50,000 ਰੁਪਇਆ। ਤੇਰਾ ਸ਼ੁਕਰ, ਸਾਡੇ ਵਾਸਤੇ ਦੁਆ ਕਰਿਆ ਜੇ। ਦੇਖੋ ਅਸੀਂ, ਮੇਰੀ ਗੱਲ ਸੁਣੋ ਤਵੱਜੋ ਨਾਲ, ਸਿੱਧੇ ਹੋ ਕੇ ਬਹੁ, ਕੁਝ ਨਹੀਂ ਮੈਂ ਕੁਆਲੀ ਕਰਨੀ, ਸਿੱਧੇ ਹੋ ਕੇ ਬਹੁ। ਹਾਂਜੀ, ਗੱਲ ਪਤਾ ਕੀ ਹੈ, ਸਾਡੇ ਦਿਲ ਚ ਬੇਈਮਾਨੀ ਆ ਗਈ ਸੀ। ਅਸੀਂ ਤੁਹਾਡਾ ਛੋਟਾ ਜਿਹਾ ਹੋਟਲ ਜਿੱਥੇ ਤੁਸੀਂ ਬੱਚਿਆਂ ਦੀ ਰੋਟੀ ਕਮਾ ਰਹੇ ਸੋ, ਅਸੀਂ ਬੰਦ ਕਰਵਾਇਆ ਸਿਰਫ ਇਸ ਗੱਲ ਦੀ ਖਾਤਰ ਕਿ ਤੁਹਾਡਾ ਹੋਟਲ ਜ਼ਿਆਦਾ ਚੱਲਦਾ ਸੀ ਤੇ ਸਾਡਾ ਲੱਖਾਂ ਰੁਪਏ ਲਾ ਕੇ ਘੱਟ ਚੱਲਦਾ ਸੀ। ਸਾਡੇ ਜ਼ਿਹਨ ਚ ਬੇਈਮਾਨੀ ਆ ਗਈ ਸੀ, ਅਸੀਂ ਤੁਹਾਡਾ ਬੰਦ ਕਰਾਇਆ, ਆਹ ਪੈਸੇ ਤੁਹਾਨੂੰ ਦੇ ਦਿੱਤੇ ਨੇ, ਹੋਰ ਵੀ ਕੋਈ ਤੁਹਾਡੇ ਸਾਡੇ ਵੱਲ ਬਣਦੇ ਹੋਣ, ਬਣਦੇ ਤੇ ਕੋਈ ਨਹੀਂ, ਉਂਝ ਵੀ ਕੁਝ ਲੈਣੇ ਹੋਣ ਤੇ ਅਸੀਂ ਦੇ ਦਿਆਂਗੇ, ਤੇ ਤੁਹਾਡੀ ਮਿਹਰਬਾਨੀ, ਸਾਡੇ ਵਾਸਤੇ ਦੁਆ ਕਰਿਆ ਜੇ। ਤੇ ਇਹ ਇਹਨੂੰ ਵੀ ਇਹਦੇ ਵੀ ਦੇ ਦਿੱਤੇ ਤੁਹਾਨੂੰ, ਤੁਹਾਡੇ ਵੀ ਆ ਗਏ ਨੇ। ਇਹ ਮੈਨੇਜਰ ਮੇਰਾ, ਇਹ ਅਸੀਂ ਗਲਤ ਸਲਾਹ ਕਰ ਲਈ ਸੀ, ਤੁਹਾਡਾ ਹੋਟਲ ਬੰਦ ਕਰਾਇਆ ਸੀ, ਤੁਹਾਡੀ ਮਿਹਰਬਾਨੀ। ਨਿਆਜੀ ਸਾਹਿਬ, ਨਿਆਜੀ ਸਾਹਿਬ, ਮੇਰੀ ਤਾਂ ਇਹੀ ਦੁਆ ਹੈ ਅੱਲਾ ਤੁਹਾਨੂੰ ਇਕੱਠੇ ਤਿੰਨ ਪੁੱਤਰ ਦੇਵੇ। ਨਿਆਜੀ ਸਾਹਿਬ, ਤੁਸੀਂ ਇਸ ਗਰੀਬ ਦਾ ਮੁਆਵਜ਼ਾ ਦੇ ਦਿੱਤਾ, ਤੁਹਾਡੀ ਬੜੀ ਮਿਹਰਬਾਨੀ, ਤੁਹਾਡਾ ਮੇਰੇ ਕੋਲ ਆ ਕੇ ਮਾਫ਼ੀ ਮੰਗਣਾ ਹੀ ਤੁਹਾਡੀ ਬੜੀ ਬੜਤ ਹੈ। ਅੱਲਾ ਤਾਲਾ ਤੁਹਾਨੂੰ ਤੰਦਰੁਸਤੀ ਦੇਵੇ, ਅੱਲਾ ਤੁਹਾਡੀ ਜਿਹੜੀ ਤੁਸੀਂ ਬੇਈਮਾਨੀ ਕੀਤੀ ਸੀ, ਅੱਲਾ ਤਾਲਾ ਤੁਹਾਨੂੰ ਮਾਫ਼ੀ ਦੇਵੇ, ਔਰ ਸਾਡਾ ਸਾਥ ਤੁਸੀਂ ਚੁਕਾ ਲਿਆ। ਆਪਣਾ ਕੰਮ ਕਾਰੋਬਾਰ ਕਰੋ, ਜਿੱਥੇ ਤੁਸੀਂ ਹੋਟਲ ਬਣਾਇਆ ਸੀ ਉੱਥੇ ਜਾ ਕੇ ਆਪਣਾ ਹੋਟਲ ਚਲਾਓ, ਤੁਹਾਡਾ ਚੱਲ ਪਏਗਾ, ਤੁਹਾਡੇ ਹੱਥ ਦੇ ਵਿੱਚ ਟੇਸਟ ਹੈਗਾ, ਲੋਕ ਤੁਹਾਡੀ ਤਾਰੀਫ ਕਰਦੇ ਸਨ, ਸਾਡੇ ਕੋਲ ਉਹ ਬਰਦਾਸ਼ਤ ਨਹੀਂ ਸੀ ਹੁੰਦੀ, ਤੇ ਤੁਸੀਂ ਆਪਣਾ ਕੰਮ ਕਾਰੋਬਾਰ ਚਲਾਓ, ਅੱਲਾ ਪਾਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ। ਆਮੀਨ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਅਸਲਾਮ ਅਲੈਕੁਮ, ਅਸਲਾਮ ਅਲੈਕੁਮ। ਲਓ ਜੀ ਦੋਸਤੋ, ਇੱਕ ਛੋਟੀ ਜਿਹੀ ਵੀਡੀਓ, ਸਬਾ ਕਮੋਜ ਵੀਡੀਓ ਬਣਾਈਏ। ਛੋਟੇ ਛੋਟੇ ਕਾਰੋਬਾਰੀ ਲੋਕ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਟੇਸਟ ਹੈਗਾ, ਜਿਨ੍ਹਾਂ ਦਾ ਛੋਟਾ ਛੋਟਾ ਨਾਂ ਚੱਲਦਾ ਹੈ, ਆਪਣੇ ਬੱਚਿਆਂ ਦੀ ਰੋਟੀ ਕਮਾ ਰਹੇ ਨੇ, ਉਹਨਾਂ ਨੂੰ ਰੋਟੀ ਕਮਾ ਲੈਣ ਦਿਓ। ਇਹ ਛੋਟੇ ਕਾਰੋਬਾਰੀ ਲੋਕ, ਛੋਟੇ ਠੇਲਿਆਂ ਵਾਲੇ, ਹੋਟਲਾਂ ਵਾਲੇ, ਰੇਹੜੀਆਂ ਵਾਲੇ, ਇਹ ਆਪਣੇ ਬੱਚਿਆਂ ਦੀ ਰੋਟੀ ਦੀ ਖਾਤਰ, ਇਹ ਪੇਟ ਦੀ ਖਾਤਰ ਉੱਥੇ ਸਾਰਾ ਦਿਨ ਮਜ਼ਦੂਰੀ ਕਰਦੇ ਨੇ।
ਇਹ ਕੋਈ ਅਮੀਰ ਹੋਣ ਵਾਸਤੇ ਨਹੀਂ ਕਰਦੇ। ਤੇ ਬਸ ਇਹੀ ਪੈਗਾਮ ਦੋਸਤਾਂ ਨੂੰ ਹੈਗਾ, ਜਿਹੜੇ ਵੱਡੇ ਕਾਰੋਬਾਰੀ ਲੋਕ ਨੇ, ਕਰੋੜਾਂ ਪੱਤੀ, ਲੱਖਾਂ ਪੱਤੀ, ਲੱਖਾਂ ਦੇ ਕਾਰੋਬਾਰ ਕਰ ਰਹੇ ਨੇ, ਕਰੋੜਾਂ ਦੇ ਕਾਰੋਬਾਰ ਕਰ ਰਹੇ ਨੇ, ਇਹ ਛੋਟੇ ਛੋਟੇ ਕੰਮ ਜਿਹੜੇ ਲੋਕ ਕਰ ਰਹੇ ਨੇ, ਉਹਨਾਂ ਨੂੰ ਆਪਣਾ ਕੰਮ ਕਰਨ ਦਿਓ। ਇਹ ਸਿਰਫ ਵੀਡੀਓ ਦੇ ਵਿੱਚ ਪੈਗਾਮ ਦੇਣਾ ਸੀ ਕਿ ਕਿਸੇ ਦੇ ਨਾਲ ਕਿਸੇ ਦਾ ਮੁਕਾਬਲਾ ਨਹੀਂ ਹੁੰਦਾ। ਰਿਜ਼ਕ ਉਹ ਹੁੰਦਾ ਜਿਹੜਾ ਇਨਸਾਨ ਦੀ ਕਿਸਮਤ ਵਿੱਚ ਲਿਖਿਆ ਹੁੰਦਾ। ਤੇ ਆਪਣਾ ਆਪਣੇ ਰਿਜ਼ਕ ਤੇ ਨਜ਼ਰ ਰੱਖੋ, ਲੋਕਾਂ ਦੇ ਰਿਜ਼ਕ ਤੇ ਨਾ ਰੱਖੋ, ਲੋਕਾਂ ਦੇ ਨਸੀਬ ਤੇ ਨਾ ਰੱਖੋ। ਜੋ ਤੁਹਾਡੇ ਨਸੀਬ ਵਿੱਚ ਹੈਗਾ, ਜੋ ਤੁਹਾਡੇ ਨਸੀਬ ਵਿੱਚ ਲਿਖਿਆ ਗਿਆ, ਉਹ ਅੱਲਾਹ ਪਾਕ ਨੇ ਤੁਹਾਨੂੰ ਦੇਣਾ। ਜੋ ਰਿਜ਼ਕ ਮੇਰੇ ਨਸੀਬ ਵਿੱਚ ਉਹ ਮੈਨੂੰ ਮਿਲਣਾ, ਜੋ ਰਸੀਲਾ ਸਾਹਿਬ ਦੇ ਨਸੀਬ ਵਿੱਚ ਉਹਨਾਂ ਨੂੰ ਮਿਲਣਾ। ਤੇ ਇੱਕ ਦੂਸਰੇ ਕੋਲੋਂ ਖੋ ਕੇ ਨਾ ਖਾਓ, ਆਪਣਾ ਹਲਾਲ ਦੀ ਰੋਟੀ ਕਮਾਓ ਤੇ ਅੱਲਾਹ ਪਾਕ ਬਹੁਤ ਦੇਗਾ। ਅੱਲਾਹ ਪਾਕ ਤੇ ਯਕੀਨ ਰੱਖੋ ਕਿ ਅੱਲਾਹ ਪਾਕ ਨੇ ਸਾਨੂੰ ਰੋਟੀ ਦੇਣੀ, ਅੱਲਾਹ ਪਾਕ ਨੇ ਰਿਜ਼ਕ ਦੇਣਾ, ਔਰ ਅੱਲਾਹ ਪਾਕ ਤੁਹਾਨੂੰ ਰਿਜ਼ਕ ਦੇਵੇਗਾ ਇਨਸ਼ਾਅੱਲਾ। ਇਨਸ਼ਾਅੱਲਾ, ਬਹੁਤ ਸ਼ੁਕਰੀਆ, ਥੈਂਕ ਯੂ।